असलाम वालेकुम दोस्तों, की हाल चाल ने तुहाडा मेज़बान रिहाज़ अहमद। तुसीं वेख रहे हो सोना पंजाब टीवी, तुहाडा सच्चे दिन मोल तों फिरिया कहिंदा। सब तो पहले अपने चैनल करो सबसक्राइब, तो बैल आइकन बटन दबाओ, हर आने वाली वीडियो का नोटिफिकेशन आसानी पहुँचता रहे। नंबर होंगे 0349-09-0211, वट्सअप नंबर 3 नंबर है। अपने चैनल में शेयर भी करा करो, तो लाइक लाजमी करना है। हमें सज्जे पास माशाला प्योर नीले ब्रीडर लैके आए, घट काला माशाला एक रंग का, ये भाई ठंडा माशाला, बाकी लाना देना मुकद्दर है। कद चंगा इंदा, लाम चंगी है, वक्खी बड़ी माशाला, एक हड्डी का, बाकी लाना देना मुकद्दर है। आंडा पिछा ने सारिया कैमरामैन साहब खाओ आंडा माशाला, झोटे शक नहीं है किसी किस्म का। ये भाई सारी गल्ला पुछना, पहली माली बच्चे या दूसरी च जो भी मामलात ने। अस्सलाम भाई जी। वालेकुम सलाम जी। ये भाई छोटा अपना घर का है? हाँ जी घर का। अच्छा जी, ये पहली माली बच्चे दूसरी माली बच्चे? ये पहला ही है जी। पहली माली बच्चे? हाँ जी। ये प्योर नीली का? प्योर नीली का, शाह काला छोटा वेखो, किंगरी वाला सिंह। अच्छा हाँ जी, एक हड्डी का छोटा वा, एक हड्डी का। हाँ जी ठीक हो गया जी। हाँ ਇਹਦੀ ਮਾਂ ਦਾ ਰਿਕਾਰਡ ਚੰਗਾ ਸੀ? ਚੰਗਾ ਜੀ, 22 ਸਿਰ ਦੁੱਧ ਦਿੰਦੀ ਰਹੀ ਇਹਦੀ ਮਾਂ। ਅੱਛਾ ਜੀ ਹਾਂਜੀ, ਇਹਦੀ ਮਾਂ ਠੀਕ ਹੋ ਗਿਆ ਜੀ। ਤੇ ਮਾਰਦਾ ਬੋਲਦਾ ਨਹੀਂ ਹੈਗਾ? ਨਾ ਜੀ, ਬੜਾ ਸੀਲ, ਭਾਵੇਂ ਬਾਲ ਇਹਨੂੰ ਫੜੀ ਫਿਰਨਾ। ਅੱਛਾ, ਜਿੱਦਾਂ ਮਰਜ਼ੀ? ਅੱਛਾ, ਜਿਵੇਂ ਮਰਜ਼ੀ ਇਹਦੇ ਨੇੜੇ ਹੋਵੋ ਕੁਛ ਨਹੀਂ ਆਉਂਦਾ। ਠੀਕ ਹੋ ਗਿਆ ਜੀ। ਤੇ ਇਹ ਜਿਹੜਾ ਮਾਂ ਦਾ ਰਿਕਾਰਡ ਚੰਗਾ ਇਹਦਾ? ਹਾਂਜੀ। ਤੇ ਪਿਓ ਨੀਲੀ ਦਾ? ਪਿਓ ਨੀਲੀ ਦਾ ਜੀ। ਤੇ ਇੱਕ ਹੱਡੀ ਦਾ? ਇੱਕ ਹੱਡੀ ਦਾ ਛੋਟਾ। ਠੀਕ ਹੋ ਗਿਆ ਜੀ। ਹਾਂ, ਤੇ ਬਰੀਕ ਚਮੜੀ ਦੇਖੋ ਕਿੰਨੀ ਬਰੀਕ ਆ, ਰੇਸ਼ਮ ਰੰਗੀ ਚਮੜੀ ਆ। ਅੱਛਾ, ਜਿਵੇਂ ਰੇਸ਼ਮ ਹੁੰਦੀ ਹੈ? ਹਾਂਜੀ। ਤੇ ਪਹਿਲੀ ਮਾਲੀ ਵੀ ਦੂਸਰੀ ਮਾਲੀ ਹੈ? ਪਹਿਲੀ ਮਾਲੀ। ਅੱਛਾ, ਪਹਿਲੀ ਮਾਲੀ ਵਿੱਚ? ਹਾਂਜੀ ਠੀਕ ਹੋ ਗਿਆ। ਤੇ ਮੱਝਾਂ ਸਹੀ ਕਰਦਾ? ਬਿਲਕੁਲ, ਕੋਈ ਵਾਧਾ ਘਾਟਾ ਨਹੀਂ? ਨਹੀਂ ਨਹੀਂ, ਮਈਆਂ ਸੋਹਣੀਆਂ ਕਰ। ਮੱਝਾਂ ਰਹਿੰਦੀਆਂ ਵੀ ਨੇ? ਮੱਝਾਂ ਵੀ ਰਹਿੰਦੀਆਂ ਇਹਦੀਆਂ, ਇੱਕ ਵਾਰਾ ਮੱਝ ਹੋ ਜੇ ਤਾਂ ਰਹਿ ਜਾਂਦੀ ਆ ਮੈਂ। ਅੱਛਾ ਜੀ ਹਾਂਜੀ ਠੀਕ ਹੋ ਗਿਆ ਜੀ। ਹਾਂਜੀ, ਤੇ ਇਹਦਾ ਮੁੱਲ ਕੀ ਹੈ? ਮੂੰਹ ਚੌਗਾ ਕੇ ਦੁੰਦਾ? ਮੂੰਹ ਜੋ ਚੌਗਾ ਜੀ, ਮੂੰਹ ਜੋ ਚੌਗਾ। ਹਾਂ ਠੀਕ ਹੋ ਗਿਆ। ਕੰਨ ਨੂੰ ਦੇਖੋ ਬੁੱਚੀ ਪਾਈ, ਵੱਖੀ ਛੋਟੀ ਛੋਟੀ ਵੱਖੀ ਦਾ ਝੋਟਾ ਵੇਖੋ, ਹੱਥ ਰੱਖਿਆ ਵੱਖੀ ਰੋਕਦੀ ਇਹਦੀ। ਅੱਛਾ ਜੀ ਹਾਂਜੀ, ਹੱਥ ਰੱਖਿਆ ਰੁਕਦੀ ਤੇ ਕੱਟ ਕਾਲਾ ਇੱਕ ਰੰਗ ਦਾ। ਹਾਂਜੀ, ਤੇ ਧੁੰਨੀ ਕੋੜੀ ਸਾਫ਼ ਬਿਲਕੁਲ? ਧੁੰਨੀ ਕੋੜੀ ਵੇਖ ਲਓ ਸਾਫ਼ ਬਿਲਕੁਲ ਹੈ ਕਿਤੇ ਧੁੰਨੀ ਕੋੜੀ ਝੋਟੇ ਦੀ। ਠੀਕ ਹੋ ਗਿਆ ਜੀ। ਹਾਂ, ਤੇ ਮੁੱਲ ਨੂੰ ਦੱਸਣੇ ਪਿਆਰ ਮੁਹੱਬਤ ਨਾਲ ਪੱਕਾ ਜਿੱਥੇ ਵੇਚਣਾ ਆਪਾਂ, ਪੱਕੀਆਂ ਗੱਲਾਂ ਇਹਦਾ? 2,60,000। 2,60,000 ਰੁਪਇਆ? ਹਾਂਜੀ, ਤੇ ਵਿੱਚ ਪਿਆਰ ਮੁਹੱਬਤ ਕਿੰਨਾ ਕਰਨਾ ਹੈਗਾ? ਚਲੋ ਜੀ, ਉਹ ਫਿਰ ਜਦੋਂ ਤੁਸੀਂ ਦੱਸੋਗੇ ਫਿਰ ਕਰ ਲਾਂਗੇ ਕੋਈ ਹੋਈ ਤੇ। ਨਹੀਂ ਪਤਾ, ਮੌਕੇ ਦੱਸਣਾ ਵੀ ਇਸ ਤੋਂ ਘੱਟ ਮਾ ਕੱਟਾ ਨਹੀਂ ਦੇਣਾ ਆਪਾਂ। ਦੋ 40 ਦਾ ਦੇ। ਅੱਛਾ ਫਾਈਨਲ ਹੈ? ਫਾਈਨਲ ਪੱਕਾ? ਠੀਕ ਹੋਵੇ, 2,40,000 ਰੁਪਈਆ। ਤੇ ਫਿਰ ਵੀ ਪਿਆਰ ਮੁਹੱਬਤ ਕਰ ਲਾਂਗੇ ਸੱਜਣ ਵੇਲੀ ਮੌਕੇ 'ਤੇ ਆਵੇ ਆਪਾਂ ਭੇਜੀਏ। ਚਲੋ ਜੀ, ਉਹ ਤਾਂ ਫਿਰ ਬਾਅਦ ਦੀ ਗੱਲ ਆ, ਫਿਲਹਾਲ ਤੇ ਹੁਣ ਤੁਹਾਨੂੰ ਬਹੁਤ ਪਿਆਰ ਮੁਹੱਬਤ ਕੀਤੀ। ਅੱਛਾ, ਜਿਹਦਾ ਕੱਦ ਕਿੰਨੇ ਕੁ ਫੁੱਟ ਹੋਵੇਗਾ? ਕੱਦ ਤੇ ਹੁਣ ਆਪਣੇ ਸਾਹਮਣੇ ਆ ਜੀ, 6 ਫੁੱਟ ਤੇ ਹੋਣਾ ਇਹਦਾ ਕੱਦ, ਥੋੜਾ ਵੀ ਹੋਇਆ ਤੇ ਠੀਕ ਹੋਗਾ ਜੀ। ਮਾਸ਼ਾ 6 ਫੁੱਟ ਕੱਦ ਦੇ, ਲਾਮ ਚੰਗੀ, ਕੰਨੀ ਲੰਮੀ ਮਾਸ਼ਾਲਾ, ਤੇ ਪਤਲੀ ਪਤਲੀ ਬੂਥੀ ਹੈ ਨੀ? ਹਾਂਜੀ, ਜੋ ਗਲਾਸ ਪਾਣੀ ਪਿਆ ਸਕਦਾ ਬੰਦਾ। ਹਾਂਜੀ, ਬੂਥਾ ਨਹੀਂ ਹੈਗਾ ਵੱਡਾ? ਨਹੀਂ। ਠੀਕ ਹੋਗਾ ਜੀ। ਤੇ ਨੰਬਰ ਹੁੰਦਾ 0349-09-0211, ਵਟਸਐਪ ਨੰਬਰ 3 ਨੰਬਰ ਹੈ। ਮਾਸ਼ਾਲਾ ਪਿਓ ਨੀਲੀ ਦਾ ਬੁੱਚ ਪਿਆ ਇਹਨੇ, ਕਿੰਗਰੀ ਵਾਲਾ ਸਿੰਘ, ਤੇ ਧੁੰਨੀ ਕੋਲੀ ਸਾਫ਼ ਬਿਲਕੁਲ ਹੀ, ਇਹ ਪੈ ਰਹੇ ਨੇ ਵਾਕਈ ਨਿੱਕੇ ਨਿੱਕੇ, ਛੇੜਦਾ ਹੈ? ਦੇਖੋ ਛੇੜਦਾ ਝੋਟਾ। ਠੀਕ ਹੋਗਾ ਜੀ। ਮਾਰਦਾ ਮੂਦਨ ਬਿਲਕੁਲ? ਨਾ ਜੀ ਨਾ। ਤੇ ਸਿੰਘ ਇੱਥੇ ਰੱਖੇਗਾ? ਇੱਥੇ ਹੀ ਇਹਨੇ ਅੰਦਰ ਨੂੰ ਹੀ ਮੋੜ। ਠੀਕ ਹੋਗਾ ਜੀ। ਤੇ ਨੰਬਰ ਹੁੰਦਾ 0349-09-0211, ਵਟਸਐਪ ਨੰਬਰ 3 ਨੰਬਰ ਹੈ। ਮਿਲਾਂਗੇ ਰਾਜਧਾਨੀ ਕੇ ਬਾਹਰ ਪਾਕਿਸਤਾਨ ਆ ਗਏ।